Like the video, subscribe to the channel and press the bell icon for latest video update. आज एक मीटिंग हुई दिल्ली दे विच वकीलां दी मीटिंग ते उस दे विच बार कौंसल जो दिल्ली बार कौंसल दे चेयरमैन दिल्ली बार कौंसल दे वाइस चेयरमैन ते नाल नाल बार कौंसल दे जो एग्जीक्यूटिव प्रेसिडेंट ते नाल बार कौंसल दे होर कई मैंबर ते उदे नाल जो दिल्ली दे विच एक बार एसोसिएशन दी कोआर्डिनेशन कमेटी बनाई आ जिदे च के जिन्या बार एसोसिएशन ने ओ सारियां उदियां मैंबर ने उस दे चेयरमैन संजीव नसैर जी ओ भी उस मीटिंग दे विच मौजूद सी ते मेरी रिक्वेस्ट दे उत्ते ए मीटिंग बुलाई गई सी ते किसान जो संघर्ष दे वल्लों मैं बेनती कीती सी किसान संघर्ष के मैंबर सर बलदेव सिंह सरसा नूं ते बलदेव सिंह जी अज आए ते आके इन्हां नूं वकीलां दे ग्रुपां नूं कहा जो दिल्ली दे वकीलां दे ग्रुप ने उन्हां नूं कहा कि सानूं सपोर्ट करो दो तीन चीजां जो उत्थे जो मीटिंग विच होईयां जो मैं भी कहा ते उन्हां ने भी कहा पहली गल तां जदों इह सरकार कहिंदी है कि जी इह जो बिल ने इह किसानां दे हक विच आ ते इह किसान समझदे नहीं मतलब कि उह इह तरह दा बिहेव कि इहदा बच्चे आ इहनां तां समझ ही नहीं ਉਹ ਕਿਹਾ ਕਿ ਤੁਸੀਂ ਵਕੀਲ ਵਰਗੋ ਸਭ ਤੋਂ ਜ਼ਿਆਦਾ ਸਿਆਣਾ ਮੰਨੇ ਜਾਂਦੇ ਆ ਨਾਲੇ ਉਹ ਸੀਨੀਅਰ ਐਡਵੋਕੇਟ ਨੇ ਜੋ ਚੇਅਰਮੈਨ ਆ ਉਹ ਖੁਦ ਸੀਨੀਅਰ ਐਡਵੋਕੇਟ ਆ ਰਮੇਸ਼ ਗੁਪਤਾ ਜੀ ਟੱਪੜੇ ਬੜੇ ਤਕੜੇ ਵਕੀਲ ਆ ਤੇ ਜੋ ਇਹਨਾਂ ਦੇ ਪੁਰਾਣੇ ਚੇਅਰਮੈਨ ਆ ਕੇ ਸੀ ਮਿੱਤਰ ਉਹ ਵੀ ਸੀਨੀਅਰ ਐਡਵੋਕੇਟ ਨੇ ਬਾਕੀ ਵੀ ਸਾਰੇ ਇਹ ਬੜੇ ਚੰਗੇ ਤਕੜੇ ਤਕੜੇ ਵਕੀਲ ਆ ਵੀ ਤੁਸੀਂ ਬਿੱਲ ਐਗਜ਼ਾਮਨ ਕੀਤੇ ਆ ਜਿਹੜਾ ਤੁਸੀਂ ਪਬਲਿਕ ਨੂੰ ਦੱਸੋ ਕਿ ਬਿੱਲ ਕਿੰਨੇ ਕੁ ਕਿਸਾਨਾਂ ਦੇ ਹੱਕ ਵਿੱਚ ਆ ਤੇ ਉਹਨਾਂ ਨੇ ਸਾਰਿਆਂ ਨੇ ਅੱਜ ਕਿਹਾ ਕਿ ਅਸੀਂ ਇਹ ਬਿੱਲ ਪੂਰੀ ਤਰ੍ਹਾਂ ਐਗਜ਼ਾਮਨ ਕੀਤੇ ਆ ਇਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਆ ਨਾ ਇਹ ਕਿਸਾਨਾਂ ਦੇ ਹੱਕ ਵਿੱਚ ਆ ਨਾ ਇਹ ਵਕੀਲਾਂ ਦੇ ਹੱਕ ਵਿੱਚ ਆ ਤੇ ਨਾ ਇਹ ਆਮ ਜਨਤਾ ਦੇ ਹੱਕ ਵਿੱਚ ਆ ਉਹਨਾਂ ਨੇ ਇਹ ਗੱਲ ਕਹੀ ਅਗਲੀ ਗੱਲ ਜਿਹੜੀ ਉਹਨਾਂ ਨੇ ਸਾਹਿਬ ਬਲਦੇਵ ਸਿੰਘ ਹੋਰਾਂ ਨੇ ਉਹਨਾਂ ਨੂੰ ਕਹੀ ਕਿ ਸਾਨੂੰ ਇਹ ਡਰ ਆ ਕਿ ਹੁਣ ਇਹ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਹਿੰਸਾ ਕਰਾਉਣਗੇ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਉੱਥੇ ਬਾਰ ਕੌਂਸਲ ਦੇ ਚੇਅਰਮੈਨ ਰਮੇਸ਼ ਗੁਪਤਾ ਜੀ ਨੇ ਮੀਡੀਆ ਨੂੰ ਬਾਈਟ ਦਿੱਤੀ ਕਿ ਅਸੀਂ ਅੱਜ ਤੱਕ ਐਡੀ ਵੱਡੀ ਐਜੀਟੇਸ਼ਨ ਐਨੀ ਪੀਸਫੁਲ ਕਦੇ ਨਹੀਂ ਦੇਖੀ ਇਹ ਪੂਰੇ ਪੀਸਫੁਲ ਤਰੀਕੇ ਨਾਲ ਬੈਠੇ ਆ ਤੇ ਜੇ ਕਿਸੇ ਤਰ੍ਹਾਂ ਦੀ ਵੀ ਕੋਸ਼ਿਸ਼ ਉੱਥੇ ਕਿਸੇ ਹਿੰਸਾ ਦੀ ਕੀਤੀ ਗਈ ਤਾਂ ਅਸੀਂ ਉਹਦੇ ਖਿਲਾਫ਼ ਖੜੇ ਹੋਵਾਂਗੇ ਪੂਰੀ ਤਰ੍ਹਾਂ ਸਾਰਾ ਵਕੀਲ ਵਰਗ ਉਹਦੇ ਖਿਲਾਫ਼ ਖੜਾ ਹੋਊਗਾ ਮਤਲਬ ਕਿ ਇਹ ਗੱਲ ਇੱਕ ਤਰ੍ਹਾਂ ਦੀ ਸਰਕਾਰ ਨੂੰ ਬਹੁਤ ਵੱਡੀ ਵਾਰਨਿੰਗ ਜਿਹੜੀ ਇਹ ਦਿੱਤੀ ਗਈ ਮੈਨੂੰ ਇਸ ਚੀਜ਼ ਦਾ ਪਤਾ ਕਿ ਅੱਜ ਉਹ ਹਾਲਤ ਮੈਂ ਜਦੋਂ 1984 ਤੋਂ ਮਗਰੋਂ ਦੇ ਹਾਲਤ ਦੇਖਦਾ ਉਹ ਦੇਖਦਾ ਉਦੋਂ ਰਾਜੀਵ ਗਾਂਧੀ ਦੀ ਸਰਕਾਰ ਇੰਨੀ ਤਕੜੀ ਸਰਕਾਰ ਔਰ ਉਦੋਂ ਜਦੋਂ ਮੈਂ ਕੇਸ ਲੜ ਰਿਹਾ ਸੀ ਇਹ ਸੱਜਣ ਟਾਈਟਰ ਦੇ ਖਿਲਾਫ ਤੇ ਰਾਜੀਵ ਗਾਂਧੀ ਦੇ ਖਿਲਾਫ ਉਦੋਂ ਦੀ ਜੋ ਹਾਲਤ ਸੀ ਉਦੋਂ ਮੈਂ ਅੱਜ ਇੱਥੇ ਇਹਨਾਂ ਨੂੰ ਐਕਸਪਲੇਨ ਕਰ ਰਿਹਾ ਸੀ ਉਦੋਂ ਅਸੀਂ ਇਹ ਸਿਵਲ ਸੁਸਾਇਟੀ ਨੂੰ ਅੱਗੇ ਲੈ ਕੇ ਕੇਸ ਲੜਦੇ ਸੀ ਉਦੋਂ ਜਸਟਿਸ ਤਾਰਕੁੰਡੇ ਜਸਟਿਸ ਸਿਕਰੀ ਤੇ ਇਹਨਾਂ ਵਰਗੇ ਬੰਦਿਆਂ ਨੂੰ ਨਾਲ ਲਿਆਵਾ ਸੀ ਤੇ ਜਦੋਂ ਜਿਵੇਂ ਇਹ ਸਰਕਾਰ ਕੋਈ ਸ਼ਰਾਰਤ ਕਰਨਾ ਚਾਹੁੰਦੀ ਸੀ ਉਹ ਕਰ ਨਹੀਂ ਸੀ ਸਕਦੀ ਨਹੀਂ ਮਤਲਬ ਕਿ ਕੀ ਇਹ ਅਲਾਓ ਕਰਦੇ ਮੈਨੂੰ ਇਹ ਕੇਸ ਕਰਨਾ ਉਹਨਾਂ ਬੰਦਿਆਂ ਦੇ ਦਬਦਬੇ ਦੇ ਕਰਕੇ ਸਰਕਾਰ ਉਦੋਂ ਮਤਲਬ ਕਿ ਨਹੀਂ ਤਾਂ ਮੈਨੂੰ ਉਗਰਵਾਦੀ ਫੜ ਕੇ ਅੰਦਰ ਉਹ ਜਸਵੰਤ ਸਿੰਘ ਖਾਲੜਾ ਵਾਲਾ ਹਾਲ ਮੇਰਾ ਕਰਦਾ ਸੀ ਇਹਨਾਂ ਨੇ ਉਹ ਕੁਛ ਕਹਿ ਨਹੀਂ ਸਕੀ ਅੱਜ ਇਹ ਬਹੁਤ ਜ਼ਰੂਰੀ ਸੀ ਕਿ ਜੇ ਸਰਕਾਰ ਕੋਈ ਇਹੀ ਜੀ ਸ਼ਰਾਰਤ ਕਰਨਾ ਚਾਹੁੰਦੀ ਆ ਤਾਂ ਵਕੀਲ ਵਰਗਾਂ ਵੱਲੋਂ ਵਕੀਲ ਐਡੇ ਵੱਡੇ ਵਕੀਲ ਵਰਗ ਵੱਲੋਂ ਇਹ ਬਹੁਤ ਜ਼ਰੂਰੀ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਜੇ ਤੁਸੀਂ ਇਹੀ ਜੀ ਜ਼ੁਰਤ ਕੀਤੀ ਤਾਂ ਅਸੀਂ ਇਸ ਨੂੰ ਨਹੀਂ ਹੋਣ ਦੇਵਾਂਗੇ ਅੱਜ ਉਹ ਸੁਨੇਹਾ ਉਹ ਬਾਰ ਕੌਂਸਲ ਦੇ ਚੇਅਰਮੈਨ ਨੇ ਤੇ ਜੋ ਕੋਆਰਡੀਨੇਸ਼ਨ ਕਮੇਟੀ ਸਾਰੀਆਂ ਦਿੱਲੀ ਦੀਆਂ ਬਾਰ ਐਸੋਸੀਏਸ਼ਨ ਜੋ ਸਾਰੇ ਵਕੀਲਾਂ ਦੇ ਉਹਨਾਂ ਦੀ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸੰਜੀਵ ਨਸੈਰ ਨੇ ਅੱਜ ਬੜੇ ਸਾਫ਼ ਲਫ਼ਜ਼ਾਂ ਚ ਸਿੱਧਿਆਂ ਚ ਕਿਹਾ ਕਿ ਇਹ ਜੋ ਪੀਸਫੁਲ ਐਜੀਟੇਸ਼ਨ ਆ ਇਹਨਾਂ ਦਾ ਹੱਕ ਬਣਦਾ ਵਕੀਲ ਇਹਨਾਂ ਦੇ ਨਾਲ ਖੜੇ ਆ ਤੇ ਨਾਲੇ ਜੇ ਤੁਸੀਂ ਸ਼ਰਾਰਤ ਕੀਤੀ ਤਾਂ ਅਸੀਂ ਨਹੀਂ ਹੋਣ ਦੇਵਾਂਗੇ ਉਹ ਅੱਛਾ ਤੀਜੀ ਗੱਲ ਉਹਨਾਂ ਨੂੰ ਜੋ ਅੱਜ ਅਸੀਂ ਕਿਹਾ ਕਿ ਤੁਸੀਂ ਵੀ ਇਹ ਸਰਕਾਰ ਤੋਂ ਮੰਗ ਕਰੋ ਕਿ ਸਰਕਾਰ ਇਹ ਤਿੰਨੋਂ ਬਿੱਲ ਵਾਪਸ ਲਏ ਅੱਜ ਫਿਰ ਚੇਅਰਮੈਨ ਬਾਰ ਕੌਂਸਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਨੂੰ ਚਿੱਠੀ ਇਹ ਲਿਖ ਕੇ ਕਿਹਾ
ਕਿ ਇਹ ਜੋ ਅਸੀਂ ਜਾਮਨ ਕੀਤੇ ਆ ਇਹ ਤਿੰਨੋਂ ਬਿੱਲ ਜੋ ਨੇ ਇਹ ਨਾ ਕਿਸਾਨਾਂ ਦੇ ਹੱਕ ਚ ਆ ਨਾ ਵਕੀਲਾਂ ਦੇ ਹੱਕ ਵਿਚ ਆ। ਉਹਨਾਂ ਨੇ ਕਿਹਾ ਜੀ ਤੁਸੀਂ ਕਹਿ ਰਹੇ ਹੋ ਅਸੀਂ ਗੱਲਬਾਤ ਕਰ ਰਹੇ ਹਾਂ, ਹਾਂ ਗੱਲਬਾਤ ਜ਼ਰੂਰ ਕਰੋ ਪਰ ਇਹ ਬਿੱਲਾਂ ਨੂੰ ਵਾਪਸ ਲੈ ਕੇ ਉਦੋਂ ਮਗਰੋਂ ਕਿਹੋ ਜਿਹੇ ਬਿੱਲ ਤੁਸੀਂ ਬਣਾਉਣੇ ਆ, ਕਿਵੇਂ ਕਿਸਾਨਾਂ ਨੂੰ ਪਹਿਲਾਂ ਤੁਸੀਂ ਉਹਨਾਂ ਨੂੰ ਕਨਵਿੰਸ ਕਰੋ ਕਿ ਆਹ ਬਿੱਲ ਤੁਹਾਡੇ ਹੱਕ ਵਿਚ ਆ, ਇਸ ਤਰ੍ਹਾਂ ਦਾ ਬਿੱਲ ਬਣਾਉਣਾ, ਉਹਨਾਂ ਨੂੰ ਪੁੱਛ ਕੇ ਬਿੱਲ ਬਣਾਇਆ ਜਾਵੇ ਤੇ ਇਸ ਤਰ੍ਹਾਂ ਕਰਕੇ ਜਿਹੜੀ ਉਹ ਕਹਿੰਦੇ ਆਪਣੀ ਅੜੀ ਤੇ ਆਪਣੀ ਈਗੋ ਦੇ ਵਿੱਚ ਨਾ ਬੈਠੋ ਤੇ ਇਹਨਾਂ ਨੂੰ ਬਿੱਲਾਂ ਨੂੰ ਤੁਰੰਤ ਵਾਪਸ ਲਾਓ। ਅੱਜ ਉਹ ਕਾਲ ਉਹਨਾਂ ਨੇ ਦਿੱਤੀ ਆ ਤੇ ਪ੍ਰਧਾਨ ਮੰਤਰੀ ਨੂੰ ਅੱਜ ਚਿੱਠੀ ਵੀ ਲਿਖੀ ਆ। ਤੇ ਜਿਹੜਾ ਦੇਖੋ ਇਹ ਚਾਰ ਦਿਨ ਪਹਿਲਾਂ ਜਦੋਂ ਖੱਟੜ ਨੇ ਬਿਆਨ ਦਿੱਤਾ ਸੀ ਕਿ ਜੀ ਇਹ ਤਾਂ ਖਾਲਿਸਤਾਨੀ ਆ, ਇਹ ਤਾਂ ਕਾਂਗਰਸ ਦੇ ਨੇ ਭੇਜੇ ਹੋਏ ਆ, ਤੇ ਉਦੋਂ ਮੈਂ ਇਕਦਮ ਫਟਾਫਟ ਜਲਦੀ ਜਲਦੀ ਉਸੇ ਦਿਨ ਸੋਮਵਾਰ ਨੂੰ ਐਤਵਾਰ ਨੂੰ ਸ਼ਨਿਚਰਵਾਰ ਰਾਤ ਨੂੰ ਉਹਦਾ ਬਿਆਨ ਆਇਆ ਸੀ, ਐਤਵਾਰ ਨੂੰ ਸਵੇਰੇ ਉਹ ਅਖਬਾਰਾਂ ਵਿਚ ਤੇ ਟੀਵੀ ਵਿਚ ਆਇਆ। ਐਤਵਾਰ ਨੂੰ ਮੈਂ ਜਲਦੀ ਜਲਦੀ ਦੋ ਤਿੰਨ ਘੰਟੇ ਚ ਹੀ ਅਰੇਂਜ ਕੀਤਾ ਤੇ ਸੁਪਰੀਮ ਕੋਰਟ ਦੇ ਵਿਚ ਵਕੀਲ ਇਕੱਠੇ ਕੀਤੇ ਤੇ ਨਾਲੇ ਇਹ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ, ਇਹ ਬਿਲਕੁਲ ਗਲਤ ਗੱਲ ਆ, ਨਾ ਉਹ ਕੋਈ ਉਗਰਵਾਦੀ ਨੇ, ਨਾ ਕੋਈ ਖਾਲਿਸਤਾਨੀ ਨੇ, ਨਾ ਹੀ ਕੋਈ ਕਾਂਗਰਸ ਦੇ ਏਜੰਟ ਨੇ, ਉਹ ਆਮ ਕਿਸਾਨ ਉਹਨਾਂ ਨਾਲ ਆ। ਅੱਜ ਵੀ ਇਸੇ ਤਰ੍ਹਾਂ ਕਰਕੇ ਉਹ ਅੱਜ ਉਸ ਦਿਨ ਵੀ ਰਾਜੀਵ ਖੋਸਲਾ ਆਏ ਸੀ ਬਾਰ ਕੌਂਸਲ ਦੇ ਮੈਂਬਰ, ਅੱਜ ਵੀ ਉਸੇ ਤਰ੍ਹਾਂ ਕਰਕੇ ਇਹ ਜੋ ਮੀਟਿੰਗ ਹੋਈ ਆ, ਮੀਟਿੰਗ ਦੇ ਵਿਚ ਬੜਾ ਸਾਫ਼ ਸੁਨੇਹਾ ਅੱਜ ਸਰਕਾਰ ਨੂੰ ਦੇ ਦਿੱਤਾ ਕਿ ਜੋ ਦਿੱਲੀ ਦਾ ਵਕੀਲ ਵਰਗ ਆ ਉਹ ਕਿਸਾਨਾਂ ਦੇ ਨਾਲ ਖੜਾ। ਤੇ ਅੱਜ ਉਹਨਾਂ ਨੇ ਇਹ ਵੀ ਫੈਸਲਾ ਕੀਤਾ ਕਿ ਸੈਚਰਡੇ ਨੂੰ ਸਵੇਰੇ, ਬਲਕਿ ਸ਼ਨੀਵਾਰ ਨੂੰ ਸਵੇਰੇ ਵੀ ਉਹ ਉੱਥੇ ਜਾਣਗੇ, ਕਾਲੇ ਕੋਟ ਪਾ ਕੇ ਉਹ ਉੱਥੇ ਜਾਣਗੇ ਇਹਨਾਂ ਦੇ ਕਿਸਾਨਾਂ ਦੇ ਧਰਨੇ ਤੇ, ਜੇ ਉੱਥੇ ਜਾ ਕੇ ਉਹਨਾਂ ਨੂੰ ਵਿਸ਼ਵਾਸ ਦੇ ਕੇ ਆਉਣਗੇ ਕਿ ਅਸੀਂ ਤੁਹਾਡੇ ਨਾਲ ਹਾਂ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਤੁਹਾਨੂੰ ਡਰਨ ਦੀ ਲੋੜ ਨਹੀਂ, ਤੇ ਬਾਕੀ ਦੱਸੋ ਸਾਡੇ ਕੋਲੋਂ ਕੀ ਚਾਹੀਦਾ, ਜੋ ਵੀ ਤੁਹਾਨੂੰ ਹੋਰ ਮਦਦ ਦੀ ਲੋੜ ਆ ਉਹ ਵੀ ਵਕੀਲ ਕਰਨ ਨੂੰ ਤਿਆਰ ਆ। ਤੋ ਇਸੇ ਤਰ੍ਹਾਂ ਕਰਕੇ ਮੈਂ ਇਹ ਬੇਨਤੀ ਕੀਤੀ ਆ ਇਹ, ਤੇ ਇਹ ਮੈਂ ਇਹਨਾਂ ਨੂੰ ਕੋਆਰਡੀਨੇਸ਼ਨ ਕਮੇਟੀ ਨੂੰ ਵੀ ਇਹ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਕਰਕੇ ਨਾ ਤੁਸੀਂ ਜਿੰਨੀਆਂ ਵੀ ਵਰਗ ਨੇ, ਲਹਿਦਾ ਲਹਿਦਾ ਵਪਾਰੀਆਂ ਦਾ ਵਰਗ ਹੈ, ਚੈਂਬਰ ਆਫ ਕਮਰਸ ਹੈ, ਉਹਨਾਂ ਨੂੰ ਵੀ ਜਾ ਕੇ ਕੰਟੈਕਟ ਕਰੋ, ਸਿਵਲ ਸੁਸਾਇਟੀ ਨੂੰ ਖੜੇ ਕਰੋ। ਜਦੋਂ ਸਿਵਲ ਸੁਸਾਇਟੀ ਦੇ ਹਰ ਇੱਕ ਵਰਗ ਨੂੰ ਖੜੇ ਕਰਾਂਗੇ ਉਹਦੇ ਨਾਲ ਸਰਕਾਰ ਕਿਸੇ ਤਰ੍ਹਾਂ ਦੀ ਬਦਮਾਸ਼ੀ ਨਹੀਂ ਕਰ ਸਕੂਗੀ। ਤੋ ਇਸ ਕਰਕੇ ਬਹੁਤ ਜ਼ਰੂਰੀ ਹੈ, ਮੈਂ ਉਹਨਾਂ ਨੂੰ ਕਿਹਾ ਤੁਸੀਂ ਦੋ ਦੋ ਮੈਂਬਰਾਂ ਦੀ ਡਿਊਟੀ ਲਾ ਦਿਓ ਆਪਣੇ ਕਿ ਉਹ ਜਾ ਕੇ ਅਲਹਿਦਾ ਅਲਹਿਦਾ ਵਰਗਾਂ ਨੂੰ ਇਹ ਕੰਟੈਕਟ ਕਰਨ ਇਸੇ ਤਰੀਕੇ ਨਾਲ। ਤੇ ਹੁਣ ਅੱਜ ਵਕੀਲ ਵਰਗ ਖੜਾ ਹੋਇਆ, ਹੁਣ ਵਕੀਲ ਵਰਗ ਨਾਲ ਜਾਓ ਤੁਰੂਗਾ, ਤੇ ਇਸੇ ਤਰ੍ਹਾਂ ਕਰਕੇ ਉਹ ਵਪਾਰੀਆਂ ਨੂੰ ਕੰਟੈਕਟ ਕਰੋ, ਚੈਂਬਰ ਆਫ ਕਮਰਸ ਵਾਲਿਆਂ ਨੂੰ ਕੰਟੈਕਟ ਕਰੋ। ਕਈ ਲੋਕ ਆਪਣੇ ਅਲਹਿਦਾ ਅਲਹਿਦਾ ਤੌਰ ਦੇ ਉੱਤੇ ਆਪਣੇ ਵੱਲੋਂ ਕਿਸਾਨਾਂ ਦੇ ਹੱਕਾਂ ਵਿੱਚ ਬੋਲ ਰਹੇ ਆ, ਤੇ ਇਸ ਉਹਨਾਂ ਨੂੰ ਕੰਟੈਕਟ ਕਰੋ ਜਿਹੜੇ ਉਹਨਾਂ ਚੋਂ ਇੰਪੋਰਟੈਂਟ ਬੰਦੇ ਨੇ, ਜਿਹੜੇ ਆਪਣੇ ਆਪਣੇ ਜੋ ਪ੍ਰੋਫੈਸ਼ਨ ਦੇ ਲੀਡਰ ਨੇ, ਅੱਗੇ ਹੈੱਡ ਨੇ, ਉਹਨਾਂ ਨੂੰ ਕੰਟੈਕਟ ਕਰਕੇ, ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਅੱਗੇ ਕਰੋ। ਦੇਖੋ ਅੱਜ ਜਦੋਂ ਇਹ ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਂ ਉਹ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਸਾਹਿਬ ਆ ਰਹੇ ਆ ਤੇ ਤੁਸੀਂ ਮੀਟਿੰਗ ਕਰੋ, ਉਹਨਾਂ ਨੇ ਉਸੇ ਟਾਈਮ ਮੀਟਿੰਗ ਬੁਲਾ ਲਈ ਤੇ ਮੀਟਿੰਗ ਬੁਲਾ ਕੇ ਅੱਜ ਪਹਿਲਾਂ ਉਹਨਾਂ ਦਾ ਵਿਚਾਰ ਸੀ ਸਿਰਫ ਚਰਚਾ ਕਰਨ ਦਾ, ਪਰ ਜਦੋਂ ਉੱਥੇ ਸਭ ਨੇ ਡਿਸਕਸ ਕੀਤਾ ਉਦੋਂ ਮਗਰੋਂ ਇਹ ਫੈਸਲਾ ਨਾਲ ਦੀ ਨਾਲ ਹੀ ਕਰ ਰਿਹਾ ਕਿ ਇਹ ਚਿੱਠੀ ਅੱਜ ਹੀ ਲਿਖੋ, ਜੇ ਅਸੀਂ ਉਦੋਂ ਬਾਅਦ ਸੋਚ ਵਿਚਾਰ ਕਰਦੇ ਰਹੇ ਤਾਂ ਲੇਟ ਹੋ ਜੂਗੀ। ਤੇ ਅੱਜ ਹੀ ਉਹਦੀ ਚਿੱਠੀ ਬਣਾ ਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਇਹ ਭੇਜ ਵੀ ਦਿੱਤੀ ਤੇ ਉਸੇ ਟਾਈਮ ਦੇ ਉੱਤੇ ਅੱਜ ਇਹ ਅਨਾਊਂਸਮੈਂਟ ਵੀ ਕਰਾ ਦਿੱਤੀ, ਮੀਡੀਆ ਨੂੰ ਉੱਥੇ ਹੀ ਬੁਲਾ ਕੇ ਇਹ ANI ਨੂੰ ਬੁਲਾ ਕੇ ਉਹਨਾਂ ਨੇ ਬਾਈਟ ਵੀ ਦੇ ਦਿੱਤੀ ਸਾਰਿਆਂ ਨੇ। ਸੰਜੀਵ ਨਸੈਰ ਜੋ ਇਹਨਾਂ ਦੇ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਨੇ, ਉਹਨਾਂ ਨੇ ਕਿਹਾ ਮੈਂ ਖੁਦ ਕਿਸਾਨ ਹਾਂ, ਮੈਨੂੰ ਪਤਾ ਸਾਡੇ ਹਰਿਆਣੇ ਦੇ ਕਿਸਾਨ ਵਿਚ ਆ, ਤੇ ਕਿਹੜੇ ਮੂੰਹ ਨਾਲ ਤੁਸੀਂ ਕਿਹੜੇ ਕਹੀ ਜਾਂਦੇ ਹੋ ਕਿ ਇਹ ਤਾਂ ਪੰਜਾਬ ਦੇ ਕਿਸਾਨ ਆ, ਜਾਂ ਖਾਲਿਸਤਾਨੀ ਆ, ਜਾਂ ਇਹ ਸ਼ਰਾਰਤ ਕਰਨਗੇ। ਬਿਲਕੁਲ ਕਹਿੰਦੇ ਅਸੀਂ ਐਸੀ ਗੱਲ ਨਹੀਂ, ਅਸੀਂ ਇਹ ਟਾਲਰੇਟ ਨਹੀਂ ਕਰਾਂਗੇ। ਤੇ ਅੱਜ ਦੀ ਇਹ ਜੋ ਡਿਵੈਲਪਮੈਂਟ ਆ ਮੇਰੇ ਮੁਤਾਬਕ ਕਾਫੀ ਵੱਡੀ ਆ। ਤੋ ਇਸੇ ਤਰ੍ਹਾਂ ਕਰਕੇ ਜੇ ਅਸੀਂ ਲੱਗੇ ਰਹੇ ਤਾਂ ਸਾਡਾ ਇਹ ਟੀਚਾ ਦੂਰ ਨਹੀਂ, ਅਸੀਂ ਇਹਨੂੰ ਪੂਰੀ ਤਰ੍ਹਾਂ ਇਹਨੂੰ ਆਪਣੀ ਸਫਲ ਹੋਵਾਂਗੇ ਵਾਹਿਗੁਰੂ ਦੀ ਮਿਹਰ ਦੇ ਨਾਲ। ਤੇ ਮੈਂ ਇਸੇ ਤਰ੍ਹਾਂ ਕਰਕੇ ਕਹਿਣਾ ਜਿੱਥੇ ਜਿੱਥੇ ਵੀ ਤੁਸੀਂ ਸਾਰੇ ਬੈਠੇ ਹੋ, ਹਰ ਇੱਕ ਦਾ ਆਪਣਾ ਆਪਣਾ ਰੋਲ ਆ, ਹਰ ਇੱਕ ਆਪਣੇ ਆਪਣੇ ਤਰੀਕੇ ਨਾਲ ਹਿੱਸੇ ਪਾਓ। ਜਿਹੜੇ ਤੁਸੀਂ ਇਹਨੂੰ ਮੈਸੇਜ ਸਪਰੈਡ ਕਰ ਰਹੇ ਹੋ ਅੱਗੇ, ਉਹ ਵੀ ਤੁਸੀਂ ਹਿੱਸਾ ਪਾ ਰਹੇ ਹੋ। ਜਿਹੜੇ ਤੁਸੀਂ ਬੈਠੇ ਹੋ ਆਪਣੇ ਦਫ਼ਤਰਾਂ ਵਿੱਚ ਜਾ ਕੇ ਗੱਲ ਕਰ ਰਹੇ ਹੋ, ਉੱਥੇ ਵੀ ਜਾ ਕੇ ਇਹ ਗਲਤ ਫਹਿਮੀਆਂ ਸਰਕਾਰ ਦੇ ਪ੍ਰੋਪੋਗੰਡੇ ਨੂੰ ਮੀਟ ਕਰੋ।
ਉਹ ਜਿਹੜੇ ਯੰਗਸਟਰ ਨੇ ਅਮਰਜੀਤ ਬੈਂਸ ਨੇ ਰਾਜ ਬੁੱਟਰ ਹੋਣਾ ਨੇ ਉਹ ਟਵਿੱਟਰ ਟਰੈਕਟਰ ਟੂ ਟਵਿੱਟਰ ਬਣਾਇਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨੂੰ ਸਪਰੈਡ ਕਰੋ ਹਰ ਇੱਕ ਦਾ ਆਪਣਾ ਆਪਣਾ ਰੋਲ ਆ ਕਿਸੇ ਦਾ ਛੋਟਾ ਕਿਸੇ ਦਾ ਵੱਡਾ ਤੋ ਇਹ ਬੂੰਦ ਬੂੰਦ ਕਰਕੇ ਘੜਾ ਬਣਦਾ ਜਿਹਦਾ ਇੱਕ ਬੂੰਦ ਦਾ ਰੋਲ ਆ ਉਹ ਆਪਣੀ ਇੱਕ ਬੂੰਦ ਵਿੱਚ ਜ਼ਰੂਰ ਪਾਓ ਇਹ ਨਹੀਂ ਕਿ ਮੇਰੇ ਇਹ ਇੱਕ ਡਰੋਪ ਦੇ ਨਾਲ ਕੀ ਹੋਏਗਾ ਇੱਕ ਇੱਕ ਡਰੋਪ ਕਰਕੇ ਸਾਡਾ ਘੜਾ ਭਰੂਗਾ ਆਪਣਾ ਆਪਣਾ ਰੋਲ ਜਿਹਨਾਂ ਨੇ ਜਿਹੜੇ ਤੁਸੀਂ ਆਪਣੇ ਆਪਣੇ ਵਰਗਾਂ ਦੇ ਵਿੱਚ ਇੰਪੋਰਟੈਂਟ ਜਿਹੜੇ ਲੀਡਰ ਨੇ ਆਪਣੇ ਆਪਣੇ ਪ੍ਰੋਫੈਸ਼ਨ 'ਚ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਕੰਟੈਕਟ ਕਰੋ ਜਿਹੜੇ ਤੁਸੀਂ ਆਪਣੇ ਕਿਸੇ ਇੰਪੋਰਟੈਂਟ ਜੋ ਅਲੈਦਾ ਅਲੈਦਾ ਸੋਸ਼ਲ ਵਰਕਰ ਆ ਉਹਨਾਂ ਨੂੰ ਜਾਣਦੇ ਹੋ ਉਹਨਾਂ ਨੂੰ ਕੰਟੈਕਟ ਕਰੋ ਤੇ ਉਹਨਾਂ ਨੂੰ ਕੰਟੈਕਟ ਕਰਕੇ ਇਹ ਕੋਸ਼ਿਸ਼ ਕਰੋ ਕਿ ਇਹਨਾਂ ਦੇ ਕਿਸਾਨਾਂ ਦੇ ਨਾਲ ਸੰਪਰਕ ਵਿੱਚ ਲੈ ਕੇ ਆਓ ਤਾਂ ਕਿ ਇੱਕ ਬਹੁਤ ਵੱਡੀ ਅਸੀਂ ਇੱਕ ਤਰ੍ਹਾਂ ਦੀ ਮੁਹਿੰਮ ਖੜੀ ਕਰ ਚੱਕੀਏ ਦੇਖੋ ਇਹ ਕਿਸਾਨਾਂ ਦੇ ਅੰਦੋਲਨ ਚੋਂ ਸਿਵਲ ਸੁਸਾਇਟੀ ਅੱਜ ਫਿਰ ਐਕਟਿਵ ਹੋ ਰਹੀ ਹੈ ਜਿਵੇਂ ਅੰਨਾ ਹਜ਼ਾਰੇ ਮੂਵਮੈਂਟ ਦੇ ਸਿਵਲ ਸੁਸਾਇਟੀ ਐਕਟਿਵ ਹੋਈ ਸੀ ਅੱਜ ਕਿਸਾਨਾਂ ਦੇ ਇਹ ਜੋ ਅੰਦੋਲਨ ਦੇ ਰਾਹੀਂ ਸਿਵਲ ਸੁਸਾਇਟੀ ਫਿਰ ਐਕਟਿਵ ਹੋ ਰਹੀ ਆ ਤਾਂ ਸਾਰੀ ਪੂਰੀ ਸਿਵਲ ਸੁਸਾਇਟੀ ਨੂੰ ਐਕਟਿਵ ਕਰੋ ਇਹ ਗੱਲ ਇਕੱਲੇ ਕਿਸਾਨਾਂ ਦੀ ਨਹੀਂ ਇਹ ਗੱਲ ਸਾਰੇ ਦੇਸ਼ ਦੀ ਆ ਸਾਰੀ ਇਨਸਾਨੀਅਤ ਦੀ ਆ ਇਹ ਇਕੱਲੇ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਹੈ ਇਹ ਸਾਰੇ ਨਾਗਰਿਕਾਂ ਦੇ ਹੱਕਾਂ ਦੀ ਗੱਲ ਆ ਤੇ ਜੇ ਅਸੀਂ ਅੱਜ ਰਾਈਟ ਟੂ ਪ੍ਰੋਟੈਸਟ ਆਪਣਾ ਖਤਮ ਕਰਵਾ ਲਿਆ ਤਾਂ ਇੱਥੇ ਡੈਮੋਕਰੇਸੀ ਨਹੀਂ ਬਚੂਗੀ ਤੇ ਅੱਜ ਇਸ ਚੀਜ਼ ਨੂੰ ਸੋਚ ਕੇ ਚੱਲੀਏ ਜਾ ਕੇ ਸਾਰਿਆਂ ਨੂੰ ਇਹ ਗੱਲ ਸਮਝਾਓ ਕਿ ਉਹ ਪੀਸਫੁਲ ਬੈਠੇ ਆ ਤਾਂ ਉਹਨਾਂ ਨੂੰ ਪੀਸਫੁਲ ਬੈਠਣ ਦਿਓ ਆਪਣੇ ਆਪਣੀ ਸਿਵਲ ਸੁਸਾਇਟੀ ਨੂੰ ਐਕਟੀਵੇਟ ਕਰੋ ਜੋ ਜੋ ਆਪਾਂ ਤਿਲਫੁਲ ਆਪਣਾ ਜੋ ਜੋ ਹਿੱਸਾ ਪਾ ਸਕਦੇ ਹਾਂ ਸਾਰੇ ਇਹਦੇ ਵਿੱਚ ਪਾਈਏ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ